दोस्तों अज पहुँचे हुए आप मोहाली फेस नंबर 8 सिक्ख्या बोर्ड के उत्ते साडे जधारू साथी खड़े ने बेअंत सिंह पटियाला कुलविंदर सिंह नाड़ू राजा सिंह सिक्ख्या प्रोवाइडर आओ इन्हां तों जानकारी लैंदे आ कि कल जो मीटिंग होगी उहदे विच की रहूगा एजेंडा। हाँ जी नाड़ू जी ਅਸੀਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਆਏ ਸਾਡੇ ਜਿਹੜੀ ਆਵਾਜ਼ ਹੈ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਸੋ ਸਾਥੀਓ ਕੱਲ੍ਹ ਨੂੰ ਸਾਡੀ ਜਿਹੜੀ ਮੀਟਿੰਗ ਹੈਗੀ ਸਿੱਖਿਆ ਸਕੱਤਰਾਂ ਅਤੇ ਸੁਰੇਸ਼ ਅਰੋੜਾ ਅਤੇ ਸਾਰੇ ਅਧਿਕਾਰੀਆਂ ਨਾਲ ਸਿੱਖਿਆ ਕ੍ਰਿਸ਼ਨ ਕੁਮਾਰ ਜੀ ਨਾਲ ਅਤੇ ਸਾਰਿਆਂ ਨਾਲ ਮੀਟਿੰਗ ਹੋਣ ਜਾ ਰਹੀ ਹੈਗੀ। ਉਹਦੇ ਵਿੱਚ ਉਹਨਾਂ ਨੇ ਸਾਡੇ ਤੋਂ ਮੰਗਲਵਾਰ ਤੱਕ ਦਾ ਟਾਈਮ ਮੰਗਿਆ ਸੀਗਾ ਕਿ ਮੰਗਲਵਾਰ ਨੂੰ ਤੁਹਾਡੇ ਜਿਹੜੇ ਆ ਇਹ ਮੰਗਾਂ ਇਹ ਪੂਰੀਆਂ ਕੀਤੀਆਂ ਜਾਣਗੀਆਂ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਵੀ ਜੇਕਰ ਕੱਲ੍ਹ ਨੂੰ ਵੀ ਸਾਨੂੰ ਕੋਈ ਟਾਲਾ ਵਗੈਰਾ ਲਾਇਆ ਤਾਂ ਕੱਲ੍ਹ ਨੂੰ ਅਸੀਂ ਜਿਹੜਾ ਤਿੱਖਾ ਸੰਘਰਸ਼ ਕਰਾਂਗੇ ਜਿਸ ਦੇ ਨਤੀਜੇ ਕੁਝ ਵੀ ਹੋ ਸਕਦੇ ਨੇ ਜਿਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਕੈਪਟਨ ਸਰਕਾਰ ਹੋਵੇਗੀ ਕਿਉਂਕਿ ਅਸੀਂ ਪਿਛਲੇ 18 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਆਪਣਾ ਜਿਹੜਾ ਜ਼ਿੰਦਗੀ ਦਾ ਕੀਮਤੀ ਸਮਾਂ ਉਹਨਾਂ ਦੇ ਲੇਖੇ ਲਾ ਚੁੱਕੇ ਹਾਂ ਪਰ ਹੁਣ ਅਸੀਂ ਪਿੱਛੇ ਨਹੀਂ ਹਟਣ ਵਾਲੇ ਆਪਣਾ ਹੱਕ ਹੈ ਜਿਹੜਾ ਉਹ ਲੈ ਕੇ ਜਾਵਾਂਗੇ। 6000 ਰੁਪਏ ਦੇ ਮਹੀਨੇ ਦੇ ਨਾਲ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਬਹੁਤ ਮੁਸ਼ਕਲ ਹੈ। ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਗੈਸ ਹੋਰ ਕਈ ਖਰਚੇ ਬੱਚਿਆਂ ਦੀਆਂ ਫੀਸਾਂ ਉਹ ਸਾਡੇ ਤੋਂ ਨਹੀਂ ਭਰੀਆਂ ਜਾ ਰਹੀਆਂ। ਇਸ ਕਰਕੇ ਅੱਕ ਕੇ ਅਸੀਂ 16 ਜੂਨ ਤੋਂ ਲੈ ਕੇ ਅੱਜ ਇੱਥੇ ਤੱਕ ਡਟੇ ਹੋਏ ਹਾਂਗੇ। ਅੱਜ 13ਵਾਂ ਦਿਨ ਹੋ ਗਿਆ ਪੰਜਾਬ ਦੀ ਸਰਕਾਰ ਹੈ ਜਿਹੜੀ ਸਾਡੀਆਂ ਜਿਹੜੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜਿੰਨੀਆਂ ਵੀ ਮੀਟਿੰਗ ਹੋਈਆਂ ਨੇ ਬੇਸਿੱਟਾਂ ਹੋਈਆਂ ਨੇ ਪਰ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਸਾਨੂੰ ਥੋੜ੍ਹੀ ਮੋਟੀ ਆਸ ਬੱਝੀ ਹੈ ਜੇਕਰ ਉਹਦੇ ਵਿੱਚ ਸਾਡਾ ਹੱਲ ਨਾ ਕੀਤਾ ਗਿਆ ਤਾਂ ਸਾਡੇ ਜਿਹੜੇ ਝੰਝਾਰੂ ਸਾਥੀ ਨੇ ਕੁਝ ਵੀ ਕਰ ਸਕਦੇ ਨੇ। ਇਹ 8ਵੀਂ ਬਿਲਡਿੰਗ ਤੋਂ 8ਵੀਂ ਮੰਜ਼ਿਲ ਦੇ ਉੱਪਰੋਂ ਸਿੱਖਿਆ ਬੋਰਡ ਦੀ ਮੰਜ਼ਿਲ ਤੋਂ ਉੱਪਰੋਂ ਛਾਲਾਂ ਵੀ ਮਾਰ ਸਕਦੇ ਨੇ ਪੈਟਰੋਲ ਦੀਆਂ ਬੋਤਲਾਂ ਵੀ ਲਈਆਂ ਨੇ ਅੱਗ ਵੀ ਲਾ ਸਕਦੇ ਨੇ। ਹੇਠਾਂ ਵੀ ਸਾਥੀਆਂ ਨੇ ਪਲਾਨ ਬਣਾਏ ਹੋਏ ਨੇ ਗੁਪਤ ਐਕਸ਼ਨ ਕੀਤੇ ਜਾਣਗੇ ਜਿਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਕੈਪਟਨ ਸਰਕਾਰ ਹੋਵੇਗੀ। ਹੁਣ ਇਸ ਤੋਂ ਬਾਅਦ ਸਾਡੇ ਸਾਥੀ ਬੇਅੰਤ ਸਿੰਘ ਪਟਿਆਲਾ ਜੀ ਦੱਸਣਗੇ। ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕੱਲ੍ਹ ਨੂੰ ਜੇ ਸਾਡੀ ਮੀਟਿੰਗ ਬੇਸਿੱਟਾਂ ਨਿਕਲਦੀਆਂ ਤਾਂ ਕਾਫਲੇ ਬਨ ਬਨ ਬੱਸਾਂ ਭਰ ਭਰ ਸਾਡੇ ਕੋਲ ਸਾਥੀ ਪਹੁੰਚ ਰਹੇ ਨੇ। ਤਕਰੀਬਨ 10,000 ਦੇ ਤਕਰੀਬਨ ਕੱਲ੍ਹ ਨੂੰ ਇੱਥੇ ਇਕੱਠ ਹੋਣਾ ਅਤੇ 3 ਜਣੇ ਅਸੀਂ ਜਿਹੜੇ 8ਵੀਂ ਮੰਜ਼ਿਲ ਦੇ ਉੱਤੇ ਡਟੇ ਹੋਏ ਹਾਂ। ਜੇ ਕੱਲ੍ਹ ਨੂੰ ਸਾਡੀ ਮੰਗ ਪੂਰੀ ਨਾ ਹੋਈ ਤਾਂ ਸਰਕਾਰ ਸੋਚ ਸਮਝ ਕੇ ਫੈਸਲਾ ਲਵੇ, ਸੜਕਾਂ ਜਾਮ ਕਰ ਦਾਂਗੇ, ਠੀਕ ਆ ਨਾ, ਉੱਪਰ ਪੈਟਰੋਲ ਦੀਆਂ ਬੋਤਲਾਂ ਸਲਫਾਸ ਦੀਆਂ ਗੋਲੀਆਂ ਅਤੇ ਸਾਲਾਂ ਮਾਰ ਦਾਂਗੇ ਉੱਪਰੋਂ। ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਜੇ ਕੱਲ੍ਹ ਨੂੰ ਸਾਡਾ ਮੰਗ ਨਾ ਪੂਰੀਆਂ ਹੋਈਆਂ ਤਾਂ ਉਸਦਾ ਜ਼ਿੰਮੇਵਾਰ, ਜੇ ਅਸੀਂ ਕੋਈ ਐਸੀ ਆਤਮ ਹੱਤਿਆ ਵਗੈਰਾ ਕਰ ਲੈਂਦੇ ਹਾਂ ਤਾਂ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਧੰਨਵਾਦ ਜੀ। ਪੰਜਾਬ ਸਰਕਾਰ ਮੁਰਦਾਬਾਦ। ਕੱਚੇ ਅਧਿਆਪਕ ਪੱਕੇ ਕਰੋ, ਕੱਚੇ ਅਧਿਆਪਕ ਪੱਕੇ ਕਰੋ, ਪੰਜਾਬ ਸਰਕਾਰ ਮੁਰਦਾਬਾਦ।